ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਪਿੰਡ ਬਹੋਨਾ ਚੈਨਲ 'ਤੇ ਆਪ ਜੀ ਦਾ ਸਵਾਗਤ ਕਰਦੀ ਹਾਂ। ਅਤੇ ਅੱਜ ਆਪਾਂ ਬਣਾ ਰਹੇ ਹਾਂ ਕੱਦੂ ਦੀ ਬਰਫੀ। ਦੇਖੋ ਤੁਸੀਂ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ। ਅਤੇ ਆਪਾਂ ਕੱਦੂ ਲੈ ਲਿਆ ਇੱਕ, ਉਸਨੂੰ ਆਪਾਂ ਧੋ ਕੇ ਅਤੇ ਛਿੱਲਾਂਗੇ। ਅਤੇ ਆਪਾਂ ਕੱਦੂ ਨੂੰ ਛਿੱਲ ਲਿਆ ਅਤੇ ਇਸ ਨੂੰ ਆਪਾਂ ਹੁਣ ਕੱਦੂਕਸ ਕਰਾਂਗੇ। ਅਤੇ ਆਪਾਂ ਨੂੰ ਵਿਚਲੇ ਗੁੱਦੇ ਦੀ ਇਸ ਦੀ ਜ਼ਰੂਰਤ ਨਹੀਂ ਹੈਗੀ, ਇਸ ਕਰਕੇ ਗੁੱਦੇ ਨੂੰ ਆਪਾਂ ਉਤਾਰ ਦਾਂਗੇ। ਬੀ ਵਾਲਾ ਹਿੱਸਾ ਆਪਾਂ ਅਲੱਗ ਕਰਤਾ ਹੈਗਾ, ਇਸ ਦੀ ਜ਼ਰੂਰਤ ਨਹੀਂ ਆਪਾਂ ਨੂੰ। ਅਤੇ ਹੁਣ ਆਪਾਂ ਇਹਨੂੰ ਕੱਦੂਕਸ ਕਰਾਂਗੇ। ਇਸਨੂੰ ਆਪਾਂ ਕੱਦੂਕਸ ਕਰ ਲਿਆ, ਪਰ ਨਿਚੋੜ ਕੇ ਆਪਾਂ ਪਾਣੀ ਸਾਰਾ ਅਲੱਗ ਕੱਢ ਦਾਂਗੇ। ਕਿਉਂਕਿ ਆਪਾਂ ਨੂੰ ਜ਼ਿਆਦਾ ਪਾਣੀ ਦੀ ਇਸਦੀ ਜ਼ਰੂਰਤ ਨਹੀਂ ਹੈਗੀ। ਆਪਾਂ ਇਸ ਦਾ ਪਾਣੀ ਕੱਢਤਾ, ਉੱਧਰ ਆਪਾਂ ਕੜਾਹੀ ਧਰ ਲਈ ਗੈਸ ਦੇ ਉੱਪਰ, ਅਤੇ ਇਸ ਦੇ ਵਿੱਚ ਆਪਾਂ ਦੇਸੀ ਘਿਓ ਪਾਵਾਂਗੇ, 2 ਚਮਚ ਦੇਸੀ ਘਿਓ ਦੇ ਪਾਵਾਂਗੇ। ਇਸ ਦੇ ਵਿੱਚ ਆਪਾਂ ਕੱਦੂ ਨੂੰ ਭੁੰਨਾਂਗੇ। ਇਸੇ ਤਰ੍ਹਾਂ ਮੈਂ ਇਸ ਨੂੰ ਹਿਲਾਉਂਦੇ ਹੋਏ ਭੁੰਨਾਂਗੇ। ਗੈਸ ਆਪਾਂ ਮੀਡੀਅਮ ਰੱਖਾਂਗੇ। ਇਸੇ ਤਰ੍ਹਾਂ ਆਪਾਂ ਹਿਲਾਈ ਜਾਣਾ, ਕਿਉਂਕਿ ਇਹ ਤਲੇ ਦੇ ਨਾਲ ਚਿਪਕ ਨਾ ਜਾਵੇ ਕੱਦੂ। ਇਸ ਨੂੰ ਆਪਾਂ 3 ਕੁ ਮਿੰਟ ਢੱਕ ਕੇ ਪਕਾਵਾਂਗੇ। ਗੈਸ ਆਪਣਾ ਬਿਲਕੁਲ ਮੀਡੀਅਮ ਆ, ਵਿੱਚ ਦੀ ਆਪਾਂ ਚੈੱਕ ਕਰਦੇ ਰਹਾਂਗੇ ਕਿ ਆਪਣਾ ਕੱਦੂ ਥੱਲੇ ਨਾ ਲੱਗ ਜੇ। ਇੱਧਰ ਆਪਾਂ ਮਿਲਕ ਪਾਊਡਰ ਲਿਆ ਹੈਗਾ, ਸੁੱਕਾ ਦੁੱਧ ਜਿਸਨੂੰ ਆਪਾਂ ਕਹਿੰਦੇ ਹਾਂ, ਇਹ ਆਪਾਂ 4 ਚਮਚ ਲਏ ਆ, ਅਤੇ 4-5 ਚਮਚੇ ਆਪਾਂ ਖੰਡ ਦੇ ਲਏ ਆ, ਅਤੇ ਆਪਾਂ ਦੁੱਧ ਦੀ ਮਲਾਈ ਪਾਈ ਹੈ ਇਹਦੇ ਵਿੱਚ। ਇੱਧਰ ਆਪਾਂ ਖੰਡ ਵੀ ਪਾਤੀ ਆ, ਤੁਸੀਂ ਆਪਣੇ ਸਵਾਦ ਮੁਤਾਬਕ ਮਿੱਠਾ ਪਾ ਸਕਦੇ ਹੋ। ਅਤੇ ਆਪਾਂ ਸੁੱਕਾ ਦੁੱਧ ਵੀ ਨਾਲ ਹੀ ਪਾ ਦਾਂਗੇ, ਕਿਉਂਕਿ ਆਪਣੀ ਖੰਡ ਪਾਣੀ ਛੱਡ ਦੂਗੀ ਅਤੇ ਇਸ ਦੇ ਵਿੱਚ ਆਪਣਾ ਸੁੱਕਾ ਦੁੱਧ ਵੀ ਭੁੱਜ ਜੂਗਾ, ਚੰਗੀ ਤਰ੍ਹਾਂ ਪੱਕ ਜੂ ਸੁੱਕਾ ਦੁੱਧ ਵੀ। ਇਸ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਹਿਲਾਈ ਜਾਣਾ। ਇਸ ਦੇ ਵਿੱਚ ਆਪਾਂ ਗ੍ਰੀਨ ਫੂਡ ਕਲਰ ਪਾਵਾਂਗੇ, ਥੋੜ੍ਹਾ ਜਿਹਾ ਕਲਰ ਦੇਣ ਵਾਸਤੇ। ਇਹਦੇ ਨਾਲ ਕਲਰ ਵਧੀਆ ਸੋਹਣਾ ਅੱਜ ਹੋ ਜੂਗਾ ਬਰਫੀ ਦਾ।
ये मिश्रण हुण वधिया चंगी तरह पक चुक्या। इधर आप प्लेट घ्यो ला के तैयार कर ली सी, तो इसनों आप प्लेट दे विच कढ़ांगे। इसनों आप सैट होने वास्ते रखांगे। तो तुसी कुछ भी इस दे उपर लगा सकते हो, काजू बादाम कुछ भी, कोई भी ड्राई फ्रूट ला सकते हो। तो आप इस दे पीस कटांगे। हम अपना सैट हो चुकी है बर्फी बिल्कुल। देखो तुसी किन्नी वधिया बन के तैयार हुई है। तुसी भी बनाओ तो सानू दसो किदां दी बनी है। लाइक करो, शेयर करो। धन्यवाद जी थोड़ा।